ਕਿਸਾਨਾਂ ਨਾਲ ਨੌਜਵਾਨਾਂ ਨਾਲ ਸਾਡੀਆਂ ਭੈਣਾਂ ਨਾਲ ਸਭ ਨਾਲ ਸਾਂਝੇ ਕਰਨਗੇ ਜਸ ਬਾਜਵਾ ਜੀ ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਅੱਜ ਸ਼ਹੀਦੀ 'ਤੇ ਇੱਥੇ ਇਕੱਠੇ ਹੋਏ ਮੰਚ 'ਤੇ ਬਿਰਾਜਮਾਨ ਜਿੰਨੇ ਵੀ ਸਾਡੇ ਸੀਨੀਅਰ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਡੀ ਇੰਡਸਟਰੀ ਤੋਂ ਪਹੁੰਚੇ ਜਿੰਨੇ ਵੀ ਫਨਕਾਰ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਜੀ ਤਾਂ ਜਿੱਥੇ ਸਿਆਣੇ ਬੈਠੇ ਹੋਣ ਉੱਥੇ ਜ਼ਿਆਦਾ ਨਿਆਣਿਆਂ ਦਾ ਬੋਲਣਾ ਵਾਜਬ ਨਹੀਂ ਸਾਡੇ ਸੀਨੀਅਰ ਨੇ ਸਾਰੇ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ ਪਰ ਜਿਹੜੀ ਗੱਲ ਪਿਛਲੇ ਦਿਨਾਂ ਤੋਂ ਬਹੁਤ ਬਖਰੇਵੇਂ ਪਾਏ ਗਏ ਸੀ ਕਿ 26 ਤੋਂ ਬਾਅਦ ਹੈ ਜੀ ਅੰਦੋਲਨ ਦੀ ਸਥਿਤੀ ਕੁਛ ਹੋਰ ਹੋ ਗਈ ਅੱਜ ਇੱਥੋਂ ਏਕੇ ਦਾ ਸੰਦੇਸ਼ ਲੈ ਕੇ ਆਪਾਂ ਨੇ ਚੱਲਣਾ ਇੱਕ ਮੈਨੂੰ ਲੱਗਦਾ ਜਿੰਨੀਆਂ ਵੀ ਮਹਾਂਪੰਚਾਇਤਾਂ ਅੱਜ ਤੱਕ ਪੰਜਾਬ 'ਚ ਹੋਈਆਂ ਨੇ ਇਹ ਸਭ ਤੋਂ ਇੱਕ ਵੱਖਰੀ ਮਹਾਂਪੰਚਾਇਤ ਹੈ ਕਿਉਂਕਿ ਇੱਥੇ ਨੌਜਵਾਨ ਵੀ ਅਤੇ ਜਥੇਬੰਦੀਆਂ ਵੀ ਸਿੱਖ ਜਥੇਬੰਦੀਆਂ ਵੀ ਅਤੇ ਕਲਾਕਾਰ ਭਾਈਚਾਰਾ ਵੀ ਸਾਰੇ ਆਪਾਂ ਇੱਕ ਹਾਂ ਅਤੇ ਵੱਡੀ ਗੱਲ ਇਹ ਹੈ ਜੇ ਇੱਕ ਰਵਾਂਗੇ ਤਾਂ ਕਿਸੇ ਅੰਬਾਨੀ ਦੀ ਕਿਸੇ ਅੰਡਾਨੀ ਦੀ ਇਹ ਜ਼ੁਰਤ ਨਹੀਂ ਕਿ ਆ ਕੇ ਉਹ ਸਾਡੀਆਂ ਖੇਤਾਂ ਵੱਲ ਅੱਖ ਵੀ ਕਰ ਜੇ ਪਰ ਸਾਨੂੰ ਇੱਕ ਰਹਿਣ ਦੀ ਲੋੜ ਹੈ ਜੇ ਇਹਨਾਂ ਅਫਵਾਹਾਂ 'ਤੇ ਯਕੀਨ ਕਰਾਂਗੇ ਕਿ ਕਿਸੇ ਦੇ ਆਖੇ ਕੋਈ ਇਲਾਕੇ ਉਹ ਕਹਿੰਦਾ ਜੀ ਇਹ ਜਥੇਬੰਦੀ ਵਧੀਆ ਇਹ ਨੌ ਸਮਾਂ ਨਹੀਂ ਹੈਗਾ ਕਿ ਆਪਾਂ ਬਖਰੇਵਿਆਂ 'ਚ ਚੱਲੀਏ ਕੌਣ ਚੰਗਾ ਕੌਣ ਮਾੜਾ ਇਹ ਸਮੇਂ ਨੇ ਆਪਣੇ ਆਪ ਤੁਹਾਡੇ ਮੂਹਰੇ ਲਿਆ ਕੇ ਸਾਫ਼ ਕਰ ਦੇਣਾ ਪਰ ਵੱਡੀ ਗੱਲ ਇਹਦੇ ਜੇਲ੍ਹਾਂ ਦੇ ਵਿੱਚ ਬੰਦ ਨੇ ਅਸੀਂ ਉਹਨਾਂ ਦੀ ਰਿਹਾਈ ਦੇ ਲਈ ਵੀ ਫਿਕਰਮੰਦ ਹਾਂ ਸਾਰੇ ਜ਼ੋਰ ਲਾ ਰਹੇ ਨੇ ਕਿ ਉਹ ਭਰਾ ਬਾਹਰ ਆਉਣ ਸਾਡਾ ਵੀਰ ਰਣਜੀਤ ਸਿੰਘ ਤਸ਼ੱਦਦ ਕੀਤਾ ਪੁਲਿਸ ਨੇ ਬਹੁਤ ਜ਼ਿਆਦਾ ਪਰ ਸਾਡੇ ਵਿੱਚ ਹੈ ਜਿੰਨੇ ਵੀ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਆਉਣਗੇ ਅਤੇ ਪੰਜਾਬ ਇੱਦਾਂ ਹੀ ਇਸ ਅੰਦੋਲਨ ਦੀ ਅਗਵਾਈ ਜਿਵੇਂ ਪਹਿਲਾਂ ਪੰਜਾਬ ਨੇ ਸ਼ੁਰੂ ਕੀਤੀ ਸੀ ਉਵੇਂ ਹੀ ਅੱਗੇ ਬਰਕਰਾਰ ਰੱਖੂਗਾ ਜਦੋਂ ਤੱਕ ਇਹ ਅੰਦੋਲਨ ਚੱਲੂਗਾ ਉਦੋਂ ਤੱਕ ਇਹਦੇ ਨਾਲ ਡਟ ਕੇ ਖੜਾਂਗੇ ਚਾਹੇ ਕਿਸੇ ਵੀ ਹੱਦ ਤੱਕ ਜਾਣਾ ਪੈ ਜਾਵੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਸ ਬਾਜਵਾ ਜੀ ਦਾ ਕਿਸਾਨ ਵੀਰੋ ਜਿਹੜਾ ਅੱਜ ਦਾ ਇਹ ਇਕੱਠ ਹੈ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਹਦੇ 'ਚ ਨੌਜਵਾਨਾਂ ਨੇ ਇਕੱਲੀ ਸ਼ਮੂਲੀਅਤ ਨਹੀਂ ਕੀਤੀ ਪੰਜਾਬ ਦੀਆਂ ਖੇਡ ਜਗਤ ਦੇ ਸਮੁੱਚੇ ਖਿਡਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਮਾਂ ਖੇਡ ਕਬੱਡੀ ਦੇ